ਸਤਿ ਸ਼੍ਰੀ ਅਕਾਲ ਜੀ, ਜਸ ਪੰਜਾਬੀ ਵੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਕੁਲਵਿੰਦਰ ਸਿੰਘ। ਜਸ ਪੰਜਾਬੀ ਦੇ ਵਿੱਚ ਅੱਜ ਗੱਲ ਕਰਾਂਗੇ ਨੀਤੀ ਆਯੋਗ ਦੀ ਇੱਕ ਰਿਪੋਰਟ ਦੀ। ਦਰਅਸਲ ਨੀਤੀ ਆਯੋਗ ਤੋਂ ਵੱਲੋਂ SDG ਨਾਂ ਦੀ ਇਹ ਰਿਪੋਰਟ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ। ਇਸੇ ਸੋਮਵਾਰ ਨੂੰ ਇਹ ਰਿਪੋਰਟ ਜਾਰੀ ਕੀਤੀ ਗਈ ਅਤੇ ਇਸ ਰਿਪੋਰਟ ਦੇ ਵਿੱਚ ਕੁਝ ਅੰਕੜੇ ਦਿੱਤੇ ਗਏ ਨੇ ਜੋ ਕਿ ਪੰਜਾਬ ਦੇ ਨਾਲ ਸੰਬੰਧਿਤ ਕੁਝ ਸਵਾਲ ਖੜ੍ਹੇ ਕਰ ਰਹੇ ਨੇ। ਦਰਅਸਲ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਗਰੀਬੀ ਅਤੇ ਭੁੱਖਮਰੀ ਜਿਹੜੀ ਹੈ ਉਹ ਪਿਛਲੇ ਸਾਲ ਦੇ ਮੁਕਾਬਲੇ ਵਧੀ ਹੈ। ਭੁੱਖਮਰੀ ਦੇ ਮਾਮਲੇ ਦੇ ਵਿੱਚ ਪੰਜਾਬ 10 ਪੁਆਇੰਟ ਥੱਲੇ ਆਇਆ ਹੈ। ਇਸ ਤੋਂ ਇਲਾਵਾ ਗਰੀਬੀ ਦੇ ਮਾਮਲੇ ਦੇ ਵਿੱਚ ਪੰਜਾਬ ਜਿਹੜਾ ਹੈ ਉਹ 8% ਪੰਜਾਬ ਦੇ ਵਿੱਚ ਇਜ਼ਾਫਾ ਹੋਇਆ ਹੈ। ਇਹ ਰਿਪੋਰਟ ਨੀਤੀ ਆਯੋਗ ਦੀ ਕਹਿ ਰਹੀ ਹੈ, ਪਰ ਇਸ ਰਿਪੋਰਟ ਨੂੰ ਲੈ ਕੇ ਪੰਜਾਬ ਦੇ ਲੋਕ ਕੀ ਸੋਚਦੇ ਨੇ? ਕਿਉਂਕਿ ਖਾਸ ਤੌਰ 'ਤੇ ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਨੂੰ ਦੇਸ਼ ਦੇ ਅੰਨ ਭੰਡਾਰ ਭਰਨ ਵਾਲੇ ਸੂਬੇ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ। ਪੰਜਾਬ ਦੀ ਕਿਸਾਨੀ ਦੇਸ਼ ਦਾ ਢਿੱਡ ਭਰਦੀ ਰਹੀ ਹੈ, ਪਰ ਕੀ ਹੁਣ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਹਾਲਾਤ ਪੈਦਾ ਹੋ ਗਏ ਨੇ ਕਿ ਖੁਦ ਪੰਜਾਬ ਦੇ ਵਿੱਚ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਨੇ ਅਤੇ ਗਰੀਬੀ ਦਾ ਸ਼ਿਕਾਰ ਹੋ ਰਹੇ ਨੇ? ਸਾਡੇ ਨਾਲ ਕੁਝ ਨੌਜਵਾਨ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਇਸ ਰਿਪੋਰਟ ਨੂੰ ਲੈ ਕੇ ਕੀ ਕੁਝ ਸੋਚਦੇ ਨੇ। ਭਾਅ ਜੀ, ਕੀ ਨਾਂ ਤੁਹਾਡਾ? ਮੇਰਾ ਨਾਂ ਸ਼ਰਨਜੀਤ ਸਿੰਘ ਬਾਜਵਾ ਹੈ। ਸ਼ਰਨਜੀਤ, ਇਹ ਦੱਸੋ ਕਿ ਨੀਤੀ ਆਯੋਗ ਦੀ ਇਹ ਰਿਪੋਰਟ ਹੈ ਜੋ ਇਹ ਕਹਿ ਰਹੀ ਹੈ ਕਿ ਪੰਜਾਬ 'ਚ ਪਿਛਲੇ ਸਾਲ ਦੇ ਮੁਕਾਬਲੇ ਜਿਹੜਾ ਭੁੱਖਮਰੀ ਅਤੇ ਗਰੀਬੀ ਵਧੀ ਹੈ, ਤੁਸੀਂ ਕੀ ਸੋਚਦੇ ਹੋ ਪੰਜਾਬ ਦੇ ਵਿੱਚ ਕਿਸ ਤਰੀਕੇ ਦੀ ਸਥਿਤੀ ਹੈ ਦੋਨਾਂ ਚੀਜ਼ਾਂ ਨੂੰ ਲੈ ਕੇ, ਗਰੀਬੀ ਅਤੇ ਭੁੱਖਮਰੀ? ਦੇਖੋ, ਇਹ ਰਿਪੋਰਟ ਹੈ ਇਹ ਖਾਸ ਕਰਕੇ ਪੰਜਾਬ ਸੂਬੇ ਵਾਸਤੇ ਇਹ ਬਹੁਤ ਜ਼ਿਆਦਾ ਮੰਦਭਾਗੀ ਹੈ। ਇਹ ਨਹੀਂ ਸੀ ਇਵੇਂ ਹੋਣਾ ਚਾਹੀਦਾ, ਅਸੀਂ ਸਾਰੇ ਦੇਸ਼ ਦਾ ਪੇਟ ਭਰਦੇ ਸੀ। ਪਰ ਮੈਨੂੰ ਲੱਗਦਾ ਵੀ 2-3 ਕਾਰਨ ਹੈ ਜਿਹਦੇ ਕਰਕੇ ਅਸੀਂ ਇਹ ਚੀਜ਼ਾਂ ਸਾਹਮਣੇ ਆਈਆਂ ਨੇ। ਕਿਉਂ, ਇਹ ਇੱਕ ਤਾਂ ਕਿ ਸਾਡਾ ਜਿਹੜਾ ਲਾਈਫ ਸਟਾਈਲ ਹੈ ਨਾ ਉਹ ਥੋੜ੍ਹਾ ਜਿਹਾ ਵਿਖਾਵੇ ਵੱਲ ਜ਼ਿਆਦਾ ਵੱਧ ਰਿਹਾ, ਅਤੇ ਜਿਵੇਂ ਸਾਡੇ ਬਜ਼ੁਰਗ ਮਿਹਨਤ ਕਰਦੇ ਸੀ ਹੱਥੀਂ, ਉਹ ਨਾ ਕਿਤੇ ਅਸੀਂ ਵੇਖਾ ਵੇਖੀ ਉਹ ਲੈਵਿਸ਼ ਲਾਈਫ ਸਟਾਈਲ ਵੱਲ ਵੱਧ ਰਹੇ ਹਾਂ, ਅਤੇ ਅਸੀਂ ਸੋਚਦੇ ਹਾਂ ਵੀ ਅਸੀਂ ਹੱਥੀਂ ਕੰਮ ਕਿਉਂ ਕਰੀਏ, ਜਿਹਦੇ ਕਰਕੇ ਜਦੋਂ ਅਸੀਂ ਬਾਹਰ ਨਿਕਲਾਂਗੇ ਖਰਚੇ ਜ਼ਿਆਦਾ ਕਰਾਂਗੇ, ਮਿਹਨਤ ਨਹੀਂ ਕਰਾਂਗੇ ਤਾਂ ਸਾਨੂੰ ਖਰਚੇ ਦੀ ਜ਼ਿਆਦਾ ਲੋੜ ਪਏਗੀ, ਕਰਜ਼ਾ ਵਧੇਗਾ ਅਤੇ ਗਰੀਬੀ ਆਟੋਮੈਟਿਕ ਵਧੇਗੀ। ਪੰਜਾਬ ਸੂਬੇ 'ਤੇ ਵੀ ਆਪਾਂ ਨੂੰ ਪਤਾ ਵੀ ਕਰਜ਼ਾ ਬਹੁਤ ਵੱਧ ਰਿਹਾ। ਦੂਸਰਾ, ਮੈਨੂੰ ਲੱਗਦਾ ਕਿ ਅਸੀਂ ਉਹੀ ਵਿਖਾਵੇ ਦੇ ਨਾਲ ਹੀ ਅਸੀਂ ਵਿਆਹਾਂ 'ਤੇ ਕੁੜੀਆਂ ਨੂੰ ਦਾਜ ਦੇਣ 'ਤੇ ਵੇਖਾ ਵੇਖੀ ਆਪਣੀ ਮੁੱਛ ਕਾਇਮ ਰੱਖਣ ਵਾਸਤੇ ਅਸੀਂ ਕਰਜ਼ਾ ਜ਼ਿਆਦਾ ਚੱਕਣ ਲੱਗ ਗਏ, ਉਹ ਮੋੜਿਆ ਨਹੀਂ ਜਾਂਦਾ, ਇੱਕ ਇਹ ਵੀ ਕਾਰਨ ਆ। ਤੀਸਰਾ, ਅਸੀਂ ਚਿੱਟੇ ਕੁੜਤੇ ਪਜਾਮੇ ਪਾ ਕੇ ਰੱਖਣੇ ਆ, ਟਰੈਕਟਰ ਗੱਡੀਆਂ ਅਸੀਂ ਗਵਾਂਢੀ ਨਾਲੋਂ ਵੱਡੀਆਂ ਅਤੇ ਨਵੀਆਂ ਲੈ ਕੇ ਆਉਣੀਆਂ, ਅਤੇ ਇਹ ਸਾਰੀਆਂ ਚੀਜ਼ਾਂ, ਕਿਉਂਕਿ ਦੇਖੋ ਪਹਿਲਾਂ ਜੇ ਆਖੀਏ ਵੀ ਅੰਨ ਪਹਿਲਾਂ ਘੱਟ ਸੀਗਾ, ਪਰ ਅਸੀਂ ਜਿੰਨਾ ਕੁ ਅੰਨ ਹੁੰਦਾ ਸੀ, ਜਿੰਨਾ ਸਾਡੇ ਕੋਲ ਖਾਣ ਪੀਣ ਨੂੰ ਹੁੰਦਾ ਸੀ, ਉਹਨਾਂ ਅਸੀਂ ਗੁਜ਼ਾਰਾ ਕਰਦੇ ਸੀ, ਕਦੇ ਪੰਜਾਬ 'ਚ ਖੁਦਕੁਸ਼ੀਆਂ ਨਹੀਂ ਸੀ ਹੋਈਆਂ। ਮੈਨੂੰ ਲੱਗਦਾ ਵੀ ਇਹ ਸਾਡਾ ਲਾਈਫ ਸਟਾਈਲ ਜ਼ਿਆਦਾ ਜ਼ਿੰਮੇਵਾਰ ਆ। ਅਤੇ ਜੇ ਆਪਾਂ ਕੁਪੋਸ਼ਣ ਭੁੱਖਮਰੀ ਦੀ ਗੱਲ ਕਰੀਏ ਤਾਂ ਅਸੀਂ ਖਾਣ ਪੀਣ ਸਾਡਾ ਹੁਣ ਘਰੋਂ ਜ਼ਿਆਦਾ ਬਾਹਰ ਜ਼ਿਆਦਾ ਹੋਣ ਲੱਗ ਗਿਆ, ਠੇਕੇ ਅਤੇ ਜਿਹੜਾ ਫਾਸਟ ਫੂਡ ਆ ਇਹ ਸਾਡੇ 'ਤੇ ਜ਼ਿਆਦਾ ਹਾਵੀ ਹੋ ਗਿਆ, ਹੁਣ ਘਰ ਦਾ ਅਸੀਂ ਖਾਣਾ ਪਸੰਦ ਨਹੀਂ ਕਰਦੇ। ਅਤੇ ਮੈਨੂੰ ਲੱਗਦਾ ਕਿ ਜਿਹੜੇ ਉਹ ਪੈਰਾਮੀਟਰਸ ਨੇ ਭੁੱਖਮਰੀ ਦੇ ਉਹ ਆਟੋਮੈਟਿਕ ਹੀ ਉਹ ਹੋ ਗਏ। ਤੁਸੀਂ ਦੱਸੋ ਕਿ ਜੇ ਮੈਂ ਤੁਹਾਨੂੰ ਕਹਾਂ ਕਿ ਪੰਜਾਬ ਦੇ ਵਿੱਚ ਭੁੱਖਮਰੀ ਹੈ, ਭੁੱਖ ਦੇ ਨਾਲ ਮੌਤ ਹੁੰਦੀ ਹੈ, ਤਾਂ ਤੁਸੀਂ ਯਕੀਨ ਕਰੋਗੇ? ਨਹੀਂ ਭਾਈ ਸਾਹਿਬ, ਇਹ ਨਹੀਂ ਹੋ ਸਕਦਾ। ਬਾਕੀ ਮੈਂ ਇਹਦਾ ਇੱਕ ਮੇਨ ਕਾਰਨ ਮੰਨਦਾ ਕਿ ਜਿਹੜੇ ਲੀਡਰ ਨੇ ਸਾਡੇ ਇਹਦੇ ਲਈ ਇਹ ਜ਼ਿੰਮੇਵਾਰ ਨੇ, ਕਿਉਂਕਿ ਪਿਛਲੇ 10 ਸਾਲ ਅਕਾਲੀ ਦਲ ਦੀ ਗੌਰਮੈਂਟ ਰਹੀ ਪੰਜਾਬ ਦੇ ਵਿੱਚ, ਉਦੋਂ ਸੈਂਟਰ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਪੰਜਾਬ ਦੀ, ਬਹੁਤ ਜ਼ਿਆਦਾ ਫੰਡ ਰਾਈਜ਼ ਕੀਤੇ, ਪਰ ਇਹਨਾਂ ਨੇ ਥੱਲੇ ਕੋਈ ਫੰਡ ਨਹੀਂ ਲਾਏ। ਉਹਦੇ ਨਾਲ ਬਹੁਤ ਮਾੜਾ ਅਸਰ ਪਿਆ, ਪੰਜਾਬ ਦੇ ਕਈ ਗੁਣਾ ਵੱਧ ਕਰਜ਼ਾ ਵਧਿਆ, ਜਿਵੇਂ ਕਿ ਹੁਣ 250 ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ ਦੇ। ਹੁਣ ਆ ਗਈ ਸੈਂਟਰ ਦੇ ਵਿੱਚ ਹੋਰ NDA ਗੌਰਮੈਂਟ ਆ ਗਈ, ਪੰਜਾਬ ਦੇ ਵਿੱਚ ਫਿਰ ਓਪੋਜੀਸ਼ਨ ਗੌਰਮੈਂਟ ਹੋ ਗਈ, ਹੁਣ ਵੀ ਸੈਂਟਰ ਕੋਈ ਪੰਜਾਬ ਨੂੰ ਬਹੁਤੇ ਪੈਸੇ ਦੇ ਨਹੀਂ ਰਿਹਾ, ਫਿਰ ਇਹਦੇ ਲਈ ਸਾਰੇ ਲੀਡਰ ਹੀ ਜ਼ਿੰਮੇਵਾਰ ਹੋਏ। ਕਿ ਤੁਹਾਨੂੰ ਇਹ ਲੱਗਦਾ ਕਿ ਗਰੀਬੀ ਜਿਹੜੀ ਹੈ ਪੰਜਾਬ ਦੇ ਵਿੱਚ ਗਰੀਬੀ ਵੱਧ ਰਹੀ ਹੈ? ਬੇਸ਼ੱਕ ਪੰਜਾਬ ਦੇ ਵਿੱਚ ਲੋਕ ਜਿੰਨਾ ਮਰਜ਼ੀ ਵਿਖਾਵਾ ਕਰਨ, ਵੱਡੀਆਂ ਗੱਡੀਆਂ ਕਾਰਾਂ ਦਾ ਕੋਠੀਆਂ ਦਾ, ਪਰ ਤੁਸੀਂ ਮੰਨਦੇ ਹੋ ਕਿ ਲੋਕਾਂ ਦੇ ਕੋਲ ਹੋਰ ਜਿਹੜੇ ਗਰੀਬ ਤਬਕਾ ਥੱਲੇ ਆ ਉਹ ਹੋਰ ਜ਼ਿਆਦਾ ਗਰੀਬ ਹੋਇਆ? ਪਤਾ ਕੀ ਹੈ ਕਿ ਮਹਿੰਗਾਈ ਦਿਨੋਂ ਦਿਨ ਵੱਧ ਰਹੀ ਹੈ, ਅਤੇ ਜਿਵੇਂ ਮਹਿੰਗਾਈ ਵੱਧ ਰਹੀ ਹੈ, ਜਿਵੇਂ ਤੁਸੀਂ ਛੋਟੇ ਛੋਟੇ ਕਰ ਲਓ, ਜਿਵੇਂ ਅੱਜ ਕੱਲ੍ਹ ਪਿਆਜ਼ ਆਲੂ ਕਿੰਨਾ ਮਹਿੰਗਾ ਹੋ ਗਿਆ, ਸਬਜ਼ੀਆਂ ਕਿੰਨੀਆਂ ਮਹਿੰਗੀਆਂ ਹੋ ਗਈਆਂ, ਮੋਬਾਈਲ ਫੋਨ ਦੇ ਕਿੰਨੇ ਖਰਚੇ ਹੋ ਗਏ, ਇਹ ਸਾਰੇ ਮਹਿੰਗਾਈ ਦੇ ਕਾਰਨ ਨੇ। ਇਹਦੇ ਨਾਲ ਜਿਹੜਾ ਗਰੀਬ ਬੰਦਾ ਹੋਰ ਗਰੀਬ ਹੋ ਰਿਹਾ, ਰੋਜ਼ਗਾਰ ਕਿਸੇ ਨੂੰ ਮਿਲ ਨਹੀਂ ਰਿਹਾ। ਪੰਜਾਬ ਦੇ ਵਿੱਚ ਛੋਟੇ ਛੋਟੇ ਜਿੰਨੇ ਸੀ ਕਾਰੋਬਾਰ ਧੰਦੇ ਉਹ ਸਾਰੇ ਖਤਮ ਹੋ ਗਏ, ਲੋਕ ਬਾਹਰ ਜਾਣ ਲੱਗ ਪਏ, ਸਟੂਡੈਂਟ ਨੂੰ ਜੋਬ ਨਹੀਂ ਮਿਲ ਰਹੀ, ਕਿਸਾਨ ਖੁਦਕੁਸ਼ੀਆਂ ਕਰਨ ਲੱਗ ਪਏ। ਇਹ ਸਾਰੇ ਮਤਲਬ ਇਹਦੇ ਕਾਰਨ ਹੀ ਨੇ ਨਾ, ਜਿਨ੍ਹਾਂ ਕਰਕੇ ਗਰੀਬ ਬੰਦਾ ਹੋਰ ਗਰੀਬ ਹੋਈ ਜਾਂਦਾ ਹੈ, ਅਤੇ ਜਿਹੜਾ ਅਮੀਰ ਹੈ ਉਹ ਦਿਨੋਂ ਦਿਨ ਅਮੀਰ ਹੋਈ ਜਾ ਰਿਹਾ। ਤੁਸੀਂ ਕੀ ਹੁਣ ਕੀ ਸਮਝਦੇ ਹੋ ਕਿ ਕਿਸ ਤਰੀਕੇ ਪੰਜਾਬ, ਜੇ ਤੁਸੀਂ ਕਹਿੰਦੇ ਵੀ ਬਿਹਤਰ ਕਰਨਾ ਹੈ ਅਸੀਂ ਪੰਜਾਬ ਨੂੰ, ਜੇ ਪੰਜਾਬ ਦੇ ਵਿੱਚ ਗਰੀਬੀ ਭੁੱਖਮਰੀ ਖਤਮ ਹੋਣੀ ਚਾਹੀਦੀ ਹੈ, ਤਾਂ ਤੁਹਾਨੂੰ ਕੀ ਲੱਗਦਾ ਕਿ ਕੌਣ ਭੂਮਿਕਾ ਨਿਭਾ ਸਕਦਾ? ਦੇਖੋ, ਇਹਦੇ ਲਈ ਗੌਰਮੈਂਟ ਨੂੰ ਵਧੀਆ ਨੀਤੀਆਂ ਬਣਾਉਣੀਆਂ ਚਾਹੀਦੀਆਂ ਹੈ, ਜਿਵੇਂ ਕਿ ਪੰਜਾਬ ਦੇ ਵਿੱਚ ਜਿਹੜੀ ਕਣਕ ਝੋਨੇ ਦੀ ਫਸਲ ਹੁੰਦੀ ਆ ਉਹਦਾ ਅਲਟਰਨੇਟ ਲੱਭਣਾ ਚਾਹੀਦਾ ਹੈ, ਕਿ ਜਿਹੜੇ ਏਰੀਏ ਦੇ ਵਿੱਚ ਕਿੰਨੂ ਹੋ ਸਕਦਾ ਉੱਥੇ ਕਿੰਨੂ ਲਾਓ, ਜਿੱਥੇ ਦਾਲਾਂ ਹੋ ਸਕਦੀਆਂ ਉੱਥੇ ਦਾਲਾਂ ਲਾਓ, ਜਿੱਥੇ ਗੰਨਾ ਹੋ ਸਕਦਾ ਉੱਥੇ ਗੰਨਾ ਲਾਓ, ਜਿੱਥੇ ਇੰਡਸਟਰੀ ਲੱਗ ਸਕਦੀ ਉੱਥੇ ਇੰਡਸਟਰੀ ਲਾਓ, ਜਿਹੜੇ
है ना, तो उन्होंने उन्होंने गुजारा सही चले, स्टूडेंट को जॉब मिलना, तो इस तरह नीतियां बनाउणियां पैणगियां जिस दे नाल पंजाब दा पानी भी बचाया जा सके, किसानी भी बचाई जा सके, स्टूडेंट नूं जॉब मिलन, यूथ बचाया जा सके, तो बुढ़ापा जिहड़े अपने बजुर्ग ने उन्हां नूं भी सांभिया जा सके। इहदे लई की करने कि वधिया नीतियां बनाउणियां पैणगियां तां इह सारा कुछ हो पाएगा। वह कौन बनाउणगे? साडे लीडर बनाउणगे जिन्हां नूं उम्मीद करदे हो कि लीडर बनाउणगे। देखो, मैं उम्मीद तो चलो हर एक नूं रखनी चाहीदी है, बट जिहो जिहे अज दे हालात बने पए ने मैनू लगता नहीं कि यह कुछ करनगे, क्योंकि पिछले 10-15 साल तो मैं बहुत चंगी तरह बहुत नेड़े होकर वेख्या इन्हें की किया, कुछ भी नहीं किया। बाकी फिर आप इवें नहीं कह सकते कि आप उम्मीद नहीं रखनी, पर उम्मीद तो अपन रखनी चाहिए है ना, क्योंकि आप लोग इन्हों चुन के विधानसभा पार्लीमेंट के भेजते हैं, पर जे अपने लिए काम नहीं करते फिर की फायदा आ। थोड़ा लगता कि जे उम्मीद रखने वाले है उन्होंने अपने हकों का पता है कि इन्हों तो की पूछना है की नहीं पूछना है? देखो, सारियां तो नहीं पता, मैं पर एक गल नाल मैं सहमत हाँ कि जिहड़े स्टूडेंट पढ़े लिखे ने है ना उन्होंने तो सारा कुछ पता है। जदों ज़्यादा अवेयर होणगे, अपनियां गल्लां उन्हां तक रखणगे, जां उन्हां नूं सवाल करनगे, पुछणगे, दसणगे, फिर ही शायद उन्हां नूं थोड़ी बहुती समझ आवे। नहीं तो मैनूं ऐ लगदा कि जिन्हें भी घट पढ़े लिखे मैंबर आप चुन के MLA बना देने जां MP बना देने ना तो पार्लीमेंट के बोलते हैं, ना ही विधानसभा के बोलते हैं, ना ही अपने एरिए की कभी कोई गल करते, फिर उन्होंने की लगे? उन्होंने जाके तुसी पूछ लो आ भुखमरी, तो इन्हों उन्होंने अंकड़े तक भी नहीं पता होने बहुतियां। मैं सारे दिन नहीं कह गल कह सकता, पर मैनू ऐ लगता कि 100 चो 70% लीडर तुसी इस चीज़ बारे पूछ लो, ये रिपोर्ट बारे भी नहीं उन्होंने पता होना कि एवं का भी कोई होया। बीते दिन एक मंत्री साहब का बयान आया है सरकार के मौजूदा पंजाब सरकार च, मंत्री ने भुखमरी का सवाल उन्होंने किया गया, उन्होंने लॉजिक दिता कि पंजाब लोग डाइटिंग कर लग पे है, वो समस्या हो सकती है, पर पंजाब कोई भुखा नहीं मर सकता। देखो, योजे हासोहीणे जवाब जे आप ना कुछ किया ना तो यह आने वाले दिनों होर ही वधनगे, खास करके सेंटर गौरमेंट के जिन्हें MPs ने योजे आप हासोहीणे जवाब आप सुनते रहने। ये सानू अज की जवानी इस चीज़ लिए अवेयर होना पेगा, क्योंकि देखो वो अंग्रेजों के टाइम तो मकाले एजुकेशन सिस्टम आया सी, इस करके इस तरह का सीगा कि जिहड़ा अपना लोग ने उन्होंने इन्ना क पढ़ाउणा तो इस तरीके का पढ़ाउणा कि वो साडी ही गल करन, साडे फायदे लिए ही गल करन, असीं उन्होंने इहो जिहा पढ़ाई नहीं करवाउणी कि कल नूं वो साडियां नीतियां ते सवाल खड़े करन। सानू वो साडा जिहड़ा बेसिक एजुकेशन सिस्टम है ना उहदे ते सवाल चकना पेगा, वेखना पेगा। असीं अज NCERT किताबां अपनियां चक लईए देखिए कि वह सिर्फ सानू अपना गुलाम बनाउंदे, ईवन IAS ऑफिसरस उन्होंने इस तरीके दे एक तैयार किया जाता भी तुसीं साडे सिस्टम नूं किवें होर एक एम्पायर आ उहनूं किवें फैलाउणा ते वो लोकां नूं किवें उहनां दे विच फसा के रखना। मैनूं नहीं लगता कि ये जिन्ना चिर सारा यूथ सारे लोग उन्होंने अवेयरनैस नहीं आँदी, ये जथेबंदियां मैनूं लगता पिंड लैवल शहर लैवल तक बनाउणियां पैणगियां, लोगों को जागरूक करना पएगा, नहीं तो फिर भविख नेरे च ही दिसदा। गलबात करने लई सो ये सन कुछ नौजवान जिन्हां दा मनना है कि गरीबी नूं लैके खास तौर उत्ते उन्होंने जिक्र किया है कि गरीबी जिहड़ी है वह मन्निया जा सकदा, क्योंकि पंजाब दे विच कर्जा जिहड़ा आया असीं लगातार वेख रहे हां कि वध रहा है, किसान खुदकुशियां कर रहा है, लोगों के आमदनी उन्हों की जिंदगी उन्होंने आमदनी घटी है, जिंदगी का पद्धर थले जा रहा है। जितों तक भुखमरी का सवाल है तो उसनों लैके कई तरह के पैरामीटर हो सकते हैं, बहुत सारे लोग कुपोषण का शिकार होंगे ने, हौली हौली होर तरह दीमारियों का शिकार होंगे ने, तो उस तो बाद मौत होंगी है, उसनों लैके पैरामीटर हो सकते हैं, पर पंजाब सिर्फ कर्जा चढ़ रहा यह सच है, तो किसान खुदकुशियां कर रहे हैं यह भी सच है। एक ब्रेक लिए रुकेंगे, अगे जो गलबात लगातार जारी रखेंगे। तो नीति आयोग की रिपोर्ट के उत्ते असीं गल कर रहे हैं जो कह रही है कि पंजाब दे विच गरीबी ते भुखमरी जिहड़ी है पिछले साल के मुकाबले वधी है। साडे नाल नौजवान मौजूद, उन्हां नाल गलबात करदे हां। भाजी, की नाम तुहाडा? मेरा नाम भाजी प्रीत है जी। प्रीत, तुसीं दस्सो जी, मैं तुहानूं कहां कि पंजाब दे विच भुखमरी आ गई है, पंजाब दे विच लोक भुख नाल मर रहे हैं, तो तुसीं यकीन करोगे? नहीं, भुख नाल तां नहीं खैर मर रहे हैगे लोक, क्योंकि भुख नाल तां नहीं आपां कह सकदे, होर बथेरियां हैगियां जिहड़ियां चीज़ां नहीं हो रहियां हैगियां, भुख तो नहीं आप कह सकते है भुख ना पंजाब ढिड भरता हरेक बंद नहीं, वो तो है ही ओबियसली। देखो पंजाब के किसानों देखो तुम कितने तक कितने तक पहुँचे हुए हैं, बाहर तक आप गए हुए हैं, तो यह कहना गलत होगा कि अपने पंजाब भुखमरी करके पिछे है। अच्छा, असल च नीति आयोग की रिपोर्ट से असं गल कर रहे थे, रिपोर्ट के दो पॉइंट है जिद्द उन्होंने कहा कि पंजाब पिछले साल के मुकाबले जोड़ा है वो कई पॉइंट पिछे गया है, दो चीज़ा ने एक गरीबी तो दूजी भुखमरी। भुखमरी का ज़्यादातर लोगों को लगता है पंजाब में नहीं कि भुख नाल किसी की मौत नहीं हो सकती, और बहुत सारे पैरामीटर ने, दूजा गरीबी को लेकर तो मनना है कि पंजाब गरीबी जी है वो पिछले साल के मुकाबले वधी है।
ਭਾਅ ਜੀ ਗਰੀਬੀ ਨੂੰ ਲੈ ਕੇ ਆਪਾਂ ਇੱਦਾਂ ਕਹਿ ਸਕਦੇ ਹਾਂ ਕਿਉਂਕਿ ਬਥੇਰੀ ਅੱਜ ਦੇ ਯੂਥ ਤੋਂ ਹੀ ਲੈ ਲਓ ਤੁਸੀਂ, ਨੌਕਰੀਆਂ ਲੈ ਕੇ ਥੋੜ੍ਹਾ ਬਹੁਤ ਪਿੱਛੇ ਅੱਜ ਕੱਲ੍ਹ ਆਪਾਂ ਨਾ, ਕਿਉਂਕਿ ਆਪਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਜਿਸ ਕਰਕੇ ਆਪਾਂ ਬਾਹਰ ਨੂੰ ਭੱਜਣ ਦੀ ਦੌੜ ਲੱਗੀ ਹੋਈ ਆ। ਈਵਨ ਕਿ ਮੈਂ ਵੀ ਟਰਾਈ ਕਰ ਰਿਹਾ ਹਾਂ ਕਿ ਬਾਹਰ ਕੁਛ ਹੋ ਜਾਵੇ ਆਪਣਾ, ਕਿਉਂਕਿ ਆਪਾਂ ਨੂੰ ਜੇ ਜੋ ਆਪਾਂ ਸਟੱਡੀ ਕੀਤੀ ਹੋਈ ਉਹਦੇ ਅਕੋਰਡਿੰਗ ਆਪਾਂ ਨੂੰ ਇੱਥੇ ਆਪਣਾ ਜੋਬ ਨਹੀਂ ਮਿਲ ਰਹੀਆਂ ਹੈਗੀਆਂ, ਅਤੇ ਜੇ ਜੋਬ ਮਿਲ ਵੀ ਰਹੀਆਂ ਹੈਗਾ ਉਹਨਾਂ ਦੀ ਇੰਨੀਆਂ ਸੀਟਾਂ ਨਹੀਂ ਹੁੰਦੀਆਂ ਹੈਗੀਆਂ ਕਿ ਆਪਾਂ ਸਾਰੇ ਉਹਦੇ ਲਈ ਅਪਲਾਈ ਕਰ ਸਕੀਏ, ਨਾ ਤਨਖਾਹਾਂ ਹੈਗੀਆਂ, ਠੀਕ ਹੈ ਨਾ, ਜਿਹਦੇ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਵੀ ਭੁੱਖਮਰੀ ਨਹੀਂ ਹੈਗੀ, ਬਟ ਜਿਹੜੇ ਹੋਰ ਚੀਜ਼ ਨੂੰ ਲੈ ਕੇ ਆਪਾਂ ਥੋੜ੍ਹਾ ਜਿਹਾ ਪੰਜਾਬ ਦੇ ਵਿੱਚ ਬੇਸ਼ੱਕ ਬਾਹਰ ਜਾ ਰਹੇ ਆ ਲੋਕ, ਅਤੇ ਪਰ ਲੋਕਾਂ ਦੀ ਜਿਹੜੀ ਜ਼ਿੰਦਗੀ ਦਾ ਪੱਧਰ ਹੈ ਉਹ ਪੰਜਾਬ ਦੇ ਵਿੱਚ ਉਹ ਪਹਿਲਾਂ ਨਾਲੋਂ ਥੱਲੇ ਆ ਰਿਹਾ, ਸਾਡੇ ਲੋਕਾਂ ਸਿਰ ਕਰਜ਼ਾ ਚੜ੍ਹ ਰਿਹਾ, ਕਿਸਾਨ ਸਾਡੇ ਖੁਦਕੁਸ਼ੀਆਂ ਕਰ ਰਿਹਾ, ਉਹਦੇ 'ਚ ਤੁਹਾਨੂੰ ਲੱਗਦਾ ਕਿ ਸਾਡਾ ਜ਼ਿੰਦਗੀ ਦਾ ਪੱਧਰ ਪਹਿਲਾਂ ਨਾਲੋਂ ਥੱਲੇ ਆਇਆ ਹੈ? 2 ਰੁਪਏ ਕਿਲੋ ਆਟਾ ਦਾਲ ਵੇਚੇ ਜਾ ਰਹੇ ਪੰਜਾਬ? ਬਿਲਕੁਲ ਜੀ, ਥੱਲੇ ਤਾਂ ਆਇਆ ਹੀ ਆ, ਇਸੇ ਚੀਜ਼ ਨੂੰ ਆਪਾਂ ਕਹਿ ਸਕਦੇ ਆਪਾਂ ਪਿਛੜ ਰਹੇ ਹਾਂ, ਠੀਕ ਹੈ ਨਾ ਜੀ, ਕਿਉਂਕਿ ਦੇਖੋ ਤੁਸੀਂ ਮਹਿੰਗਾਈ ਦਿਨੋ ਦਿਨ ਵੱਧ ਰਹੀ ਆ ਪੰਜਾਬ 'ਚ, ਹਰ ਚੀਜ਼ ਦਾ ਟੈਕਸ ਜਿਹੜਾ ਪੰਜਾਬ 'ਚ ਸਭ ਨਾਲ ਹਾਈ ਆ, ਕਿਸੇ ਵੀ ਚੀਜ਼ ਦਾ ਟੈਕਸ ਲੈ ਲਓ ਤੁਸੀਂ ਪੰਜਾਬ ਦੇ ਵਿੱਚ ਸਭ ਨਾਲ ਹਾਈ ਆ, ਹਰਿਆਣਾ ਦੇ ਮੁਕਾਬਲੇ ਹੋ ਗਿਆ, ਕਿਸੇ ਵੀ ਸਟੇਟ ਦੇ ਮੁਕਾਬਲੇ ਹੋ ਗਿਆ ਪੰਜਾਬ ਦੇ ਵਿੱਚ ਸਭ ਨਾਲ ਹਾਈ ਆ ਟੈਕਸ, ਠੀਕ ਹੈ ਨਾ। ਹੋਰ ਬਥੇਰੀਆਂ ਚੀਜ਼ਾਂ ਜਿਹਦੇ ਕਰਕੇ ਆਪਾਂ ਨੂੰ ਜਿਹੜੀ ਚੀਜ਼ ਮਿਲਣੀ ਚਾਹੀਦੀ ਆ ਉਹ ਮਿਲ, ਉਸੇ ਤੋਂ ਆਪਾਂ ਵਾਂਝੇ ਹਾਂ। ਬਾਕੀ ਹੋਰ ਚੀਜ਼ਾਂ ਨੂੰ ਲੈ ਕੇ ਤੁਸੀਂ ਦੇਖੋ ਕਿ ਜਿਹੜੀ ਵੀ ਚੀਜ਼ ਥੋਪਣੀ ਆ ਤਾਂ ਪੰਜਾਬ 'ਚ ਸਭ ਤੋਂ ਉੱਤੇ ਪੰਜਾਬ ਦਾ ਨੰਬਰ। ਤੁਹਾਨੂੰ ਪੰਜਾਬ ਦਾ ਜਿਹੜਾ ਜਿਹੜੀਆਂ ਸਿਹਤ ਸਹੂਲਤਾਂ ਨੇ, ਅਤੇ ਮੈਂ 2 ਚੀਜ਼ਾਂ ਬਾਰੇ ਗੱਲ ਕਰੂੰਗਾ, ਇੱਕ ਪੰਜਾਬ ਦੀ ਐਜੂਕੇਸ਼ਨ ਅਤੇ ਦੂਜਾ ਪੰਜਾਬ ਦੇ ਵਿੱਚ ਸਿਹਤ ਸਹੂਲਤਾਂ। ਤੁਹਾਨੂੰ ਲੱਗਦਾ ਕਿ ਇਹ ਸੈਟਿਸਫਾਈਡ ਹੈਗੀਆਂ ਨੇ, ਸਹੀ ਮਿਲ ਰਹੀਆਂ ਨੇ, ਜਾਂ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਵਿੱਚ ਵੀ ਬਹੁਤ ਸਾਰੀ ਕਮੀ ਹੈ? ਨਹੀਂ ਦੇਖੋ ਜੀ, ਹਸਪਤਾਲਾਂ ਨੂੰ ਲੈ ਕੇ ਥੋੜ੍ਹਾ ਆਪਾਂ ਕਹਿ ਸਕਦੇ ਹਾਂ, ਬਾਕੀ ਸਟੱਡੀ ਵਗੈਰਾ ਨੂੰ ਲੈ ਕੇ ਤਾਂ ਕੋਈ ਇੱਦਾਂ ਦੀ ਗੱਲ ਨਹੀਂ ਹੈਗੀ ਮੇਰੇ ਹਿਸਾਬ ਨਾਲ, ਸਟੱਡੀ ਵਗੈਰਾ ਦੇ ਲਈ ਆਪਾਂ ਕਹਿ ਸਕਦੇ ਹਾਂ ਵੀ ਠੀਕ ਆ, ਬਾਕੀ ਹਸਪਤਾਲਾਂ ਲੈ ਕੇ ਥੋੜ੍ਹਾ ਕਹਿ ਸਕਦੇ ਹਾਂ ਕਿ ਉੱਥੇ ਦਾ ਥੋੜ੍ਹਾ ਇਹੋ ਜਿਹਾ ਹੈਗਾ ਕਿ ਜਿੱਥੇ ਉਹ ਚੀਜ਼ ਨਹੀਂ ਹੈਗੀ ਆ ਜਿਹੜੀ ਆਪਾਂ ਨੂੰ ਮਿਲਣੀ ਚਾਹੀਦੀ ਹੈਗੀ। ਹਾਂਜੀ, ਬਿਹਤਰ ਹੋਣੀ ਚਾਹੀਦੀ ਹੈ। ਪੰਜਾਬ ਬੋਲਦਾ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਅੱਜ ਨੀਤੀ ਆਯੋਗ ਦੀ ਰਿਪੋਰਟ ਦੇ ਉੱਤੇ। ਇਹ ਰਿਪੋਰਟ ਜੋ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ ਗਰੀਬੀ ਅਤੇ ਭੁੱਖਮਰੀ ਵਧੀ ਹੈ, ਉਸ ਨੂੰ ਲੈ ਕੇ ਬਹੁਤ ਸਾਰੇ ਪੈਰਾਮੀਟਰ ਨੇ। ਨੌਜਵਾਨਾਂ ਦੇ ਨਾਲ ਅਸੀਂ ਖਾਸ ਤੌਰ ਦੇ ਉੱਤੇ ਗੱਲ ਕਰ ਰਹੇ ਹਾਂ ਅਤੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਰਿਪੋਰਟ ਜੋ ਇਹ ਚੀਜ਼ਾਂ ਕਹਿ ਰਹੀ ਹੈ ਉਸ ਨਾਲ ਉਹ ਕਿੱਥੋਂ ਤੱਕ ਇਤਫਾਕ ਰੱਖਦੇ ਨੇ। ਸਾਡੇ ਨਾਲ ਕੁਝ ਹੋਰ ਨੌਜਵਾਨ ਮੌਜੂਦ ਨੇ। ਭਾਅ ਜੀ ਕੀ ਨਾਂ ਤੁਹਾਡਾ? ਪ੍ਰਭਦੀਪ ਸਿੰਘ ਜੀ। ਪ੍ਰਭਦੀਪ, ਇਹ ਦੱਸੋ ਕਿ ਇੱਕ ਨੀਤੀ ਆਯੋਗ ਦੀ ਰਿਪੋਰਟ ਹੈ, 2 ਚੀਜ਼ਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਪੰਜਾਬ 'ਚ ਗਰੀਬੀ ਵਧੀ ਹੈ ਅਤੇ ਭੁੱਖਮਰੀ ਵਧੀ ਹੈ, ਦੋਨਾਂ ਚੀਜ਼ਾਂ ਬਾਰੇ ਤੁਹਾਡਾ ਨਜ਼ਰੀਆ ਕੀ ਕਹਿੰਦਾ? ਤੁਸੀਂ ਪੰਜਾਬ ਦੇ ਹਾਲਾਤ ਕਿਸ ਤਰੀਕੇ ਦੇਖਦੇ ਹੋ? ਸਰ, ਮੇਰਾ ਨਜ਼ਰੀਆ ਇਹ ਆ ਵੀ ਗਰੀਬੀ ਅਤੇ ਭੁੱਖਮਰੀ ਦਾ ਮਤਲਬ ਸੋਸ਼ਲ ਫੈਕਟਰ ਨਾਲ ਰਿਲੇਸ਼ਨ ਤਾਂ ਹੈਗਾ ਹੀ ਆ। ਜੇ ਆਪਾਂ ਸਮਾਜਿਕ ਪੱਧਰ ਦੀ ਗੱਲ ਕਰੀਏ ਤਾਂ ਸਮਾਜਿਕ ਪੱਧਰ ਤਾਂ ਪੰਜਾਬ ਦੇ ਲੋਕਾਂ ਦਾ ਗਿਰਿਆ ਹੀ ਆ। ਇਸਦਾ ਸਭ ਤੋਂ ਵੱਡਾ ਕਾਰਨ ਕਿਸਾਨੀ ਹੈ, ਕਿਉਂਕਿ ਪੰਜਾਬ ਦਾ ਮੁੱਖ ਕਿੱਤਾ ਦਾ ਕਿਸਾਨੀ ਹੈਗਾ, ਅਤੇ ਕਿਸਾਨੀ ਤੁਹਾਨੂੰ ਪਤਾ ਹੀ ਹੈ ਵੀ ਡੁੱਬੀ ਪਈ ਆ ਸਾਰੀ। ਹੁਣ ਇਸ 'ਚ ਦੋਸ਼ ਤਾਂ ਸਰਕਾਰ ਦਾ ਵੀ ਆ ਵੀ ਕਿਸਾਨਾਂ ਨੂੰ, ਹੁਣ ਜਿਹੜਾ ਆਪਾਂ ਕਹਿੰਦੇ ਹਾਂ ਵੀ ਗ੍ਰੀਨ ਰੈਵੋਲਿਊਸ਼ਨ ਹੋਇਆ, ਜ਼ਿਆਦਾ ਗ੍ਰੀਨ ਰੈਵੋਲਿਊਸ਼ਨ ਤਾਂ ਕਾਹਦਾ ਵੀ ਜਿਹੜੀ ਵੱਡੀ ਕੰਪਨੀ ਆ ਉਹਨਾਂ ਦਾ ਹੀ ਫਾਇਦਾ ਹੋਇਆ, ਕਿਸਾਨ ਤਾਂ ਡੁੱਬ ਹੀ ਗਿਆ। ਕਿਸਾਨੀ ਜਿਹੜਾ ਮਤਲਬ ਮੀਡੀਅਮ ਜਾਂ ਲੋਅ ਲੈਵਲ ਦਾ ਕਿਸਾਨ ਹੈ ਉਹਨੂੰ ਖੇਤੀ 'ਚ ਬਚਦਾ ਤਾਂ ਕੁਛ ਹੈ ਨਹੀਂ ਸਾਰਾ। ਜੇ ਜਿਵੇਂ ਹੁਣ ਜਨਰਲ ਜੀ ਅਸੀਂ ਗੱਲ ਕਰਦੇ ਹਾਂ, ਜਦੋਂ ਭੁੱਖਮਰੀ ਦੀ ਅਸੀਂ ਗੱਲ ਕਰਦੇ ਹਾਂ, ਜੇ ਕੋਈ ਤੁਹਾਨੂੰ ਆ ਕੇ ਕਹੇ ਕਿ ਪੰਜਾਬ ਦੇ ਵਿੱਚ ਕੋਈ ਭੁੱਖ ਨਾਲ ਮਰ ਗਿਆ ਤਾਂ ਤੁਸੀਂ ਯਕੀਨ ਕਰੋਗੇ ਇਸ ਗੱਲ 'ਤੇ? ਮੈਂ ਕੁਛ ਹੱਦ ਤੱਕ ਯਕੀਨ ਕਰਾਂਗਾ, ਕੁਛ ਹੱਦ ਤੱਕ। ਗਰੀਬੀ ਦੀ ਜੇਕਰ ਗੱਲ ਕਰੀਏ ਕਿ ਪੰਜਾਬ ਜਿਹੜਾ ਹੈ ਉਹ ਪਿਛਲੇ 1 ਸਾਲ ਦੇ ਵਿੱਚ ਹੋਰ ਗਰੀਬ ਹੋਇਆ ਹੈ, ਅਮੀਰ ਨਹੀਂ ਹੋਇਆ, ਗਰੀਬ ਹੋਇਆ ਹੈ ਪੰਜਾਬ ਦੇ ਵਿੱਚ, ਗਰੀਬੀ ਆਈ ਹੈ, ਤਾਂ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਪੰਜਾਬ ਗਰੀਬ ਹੋ ਰਿਹਾ? ਗਰੀਬ ਤਾਂ ਹੋ ਹੀ ਰਿਹਾ ਜੀ, ਦਿਨੋਂ ਦਿਨ ਕਰਜ਼ਾ ਜੇ ਆਪਾਂ ਟੋਟਲ ਪਾਪੂਲੇਸ਼ਨ 'ਤੇ ਕੱਢੀਏ ਤਾਂ ਪਰ ਹੈੱਡ 'ਤੇ ਕਰਜ਼ਾ ਦਾ ਕਿੰਨਾ ਵੱਧ ਰਿਹਾ ਦਿਨੋਂ ਦਿਨ, ਅਤੇ ਕਿਸਾਨੀ ਡੁੱਬ ਰਹੀ ਆ, ਤਾਂ ਇਸ ਇਹੀ ਮੇਰੇ ਖਿਆਲ ਨਾਲ ਇਹੀ ਕਾਰਨ ਹੈ। ਜਿਹੜਾ ਰੁਜ਼ਗਾਰ ਦਾ ਮਸਲਾ ਹੈ, ਤੁਹਾਨੂੰ ਲੱਗਦਾ ਰੁਜ਼ਗਾਰ ਵੀ ਵੱਡੀ ਵਜ੍ਹਾ ਹੈ ਕਿ ਰੁਜ਼ਗਾਰ ਨਹੀਂ ਹੈ, ਆਮਦਨੀ ਦੇ ਸਾਧਨ ਨਹੀਂ? ਹਾਂਜੀ, ਰੁਜ਼ਗਾਰ ਵੀ ਹੈਗਾ ਹੀ ਆ, ਸਰਕਾਰ ਦੀ ਪਾਲਿਸੀਆਂ ਇਹੋ ਜਿਹੀਆਂ ਕੁਛ ਵੀ, ਸਰਕਾਰੀ ਖਜ਼ਾਨਾ ਖਤਮ ਹੈ ਪੰਜਾਬ ਦਾ, ਅਤੇ ਰੁਜ਼ਗਾਰ ਦਾ ਤੁਹਾਨੂੰ ਪਤਾ ਹੀ ਹੈ ਕੀ ਹਾਲਾਤ ਹੈ ਇੱਥੇ। ਤੁਹਾਡਾ ਕੀ ਨਾਮ ਹੈ? ਪ੍ਰਭਜੋਤ ਸਿੰਘ ਜੀ। ਪ੍ਰਭਜੋਤ, ਤੁਸੀਂ ਦੱਸੋ ਕਿ ਪੰਜਾਬ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਗਰੀਬੀ ਅਤੇ ਭੁੱਖਮਰੀ ਦੇ ਕੀ ਹਾਲਾਤ ਹੈ? ਰਿਪੋਰਟ ਕਹਿ ਰਹੀ ਹੈ ਕਿ ਪੰਜਾਬ ਜਿਹੜਾ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪੰਜਾਬ ਦੀ ਹਾਲਤ ਮਾੜੀ ਹੋਈ ਹੈ। ਦੇਖੋ ਜੀ, ਜੇ ਆਪਾਂ ਗੱਲ ਕਰੀਏ ਗਰੀਬੀ ਅਤੇ ਭੁੱਖਮਰੀ ਦੀ, ਤਾਂ ਗਰੀਬੀ ਤਾਂ ਜੀ ਵੱਧ ਰਹੀ ਆ, ਆਪਾਂ ਦੇਖ ਰਹੇ ਹਾਂ ਵੀ ਦਿਨ ਬ ਦਿਨ ਲੋਕਾਂ 'ਤੇ ਕਰਜ਼ਾ ਵਧੀ ਜਾਂਦਾ, ਲੋਕ ਸਾਡੇ ਪੰਜਾਬ ਦੇ ਚਾਹੁੰਦੇ ਨੇ ਕਿ ਬਿਜ਼ਨਸ ਕਰਨ, ਪਰ ਕਿਉਂਕਿ ਸਰਕਾਰ ਦੀਆਂ ਕੁਛ ਨੀਤੀਆਂ ਇਹੋ ਜਿਹੀਆਂ ਹੈਗੀਆਂ ਨੇ, ਉਹ ਚਾਹੁੰਦੀ, ਸਰਕਾਰ ਵੀ ਚਾਹੁੰਦੀ ਹੈ ਫਾਇਦਾ ਹੋਵੇ ਲੋਕਾਂ ਦਾ, ਪਰ ਐਕਚੁਲੀ ਆਹੀ ਸ਼ੋਰਟ ਟਰਮ ਫਾਇਦਾ ਹੁੰਦਾ, ਲੌਂਗ ਟਰਮ ਫਾਇਦਾ ਹਾਲੇ ਨਹੀਂ ਦਿਖ ਰਿਹਾ, ਹੌਲੀ ਹੌਲੀ ਦਿਖੂਗਾ, ਸਰਕਾਰ ਦੀਆਂ ਇਹੋ ਜਿਹੀਆਂ ਨੀਤੀਆਂ ਹੈਗੀਆਂ ਨੇ, ਹੌਲੀ ਹੌਲੀ ਫਰਕ ਆਊਗਾ, ਪਰ ਦੇਖਿਆ ਹਾਲ ਦੀ ਘੜੀ ਤਾਂ ਆਹੀ ਹੈ ਜੀ ਕਿ ਲੋਕਾਂ ਨੂੰ ਨੁਕਸਾਨ ਹੋ ਰਿਹਾ, ਭੁੱਖਮਰੀ ਵੱਧਦੀ ਜਾ ਰਹੀ ਹੈ, ਬੇਰੁਜ਼ਗਾਰੀ ਵੱਧਦੀ ਜਾ ਰਹੀ ਹੈ। ਮੰਨ ਲਓਗੇ ਜੇ ਮੈਂ ਕਹਾਂ ਪੰਜਾਬ 'ਚ ਕੋਈ ਭੁੱਖ ਨਾਲ ਮਰ ਗਿਆ,
ਕੀ ਲੱਗਦਾ ਕਿ ਪੰਜਾਬ ਦੇ ਵਿੱਚ ਗਰੀਬੀ ਕਿਉਂ ਆ ਰਹੀ ਹੈ, ਕਾਰਨ ਕੀ ਲੱਗਦਾ ਵੀ ਪੰਜਾਬ ਪਿਛੜਿਆ ਕਿਉਂ, ਪਿਛਲੇ ਸਾਲ ਦੇ ਮੁਕਾਬਲੇ ਸਾਡੀ ਹਾਲਤ ਮਾੜੀ ਕਿਉਂ ਹੋਈ? ਜੇ ਦੇਖਿਆ ਜਾਵੇ ਜੀ, ਪੰਜਾਬ ਕਾਹਤੇ ਪਿਛੜਿਆ ਹੈਗਾ, ਇਹੀ ਸਭ ਤੋਂ ਵੱਡਾ ਕਾਰਨ ਹੈਗਾ ਕਿ ਇੱਕ ਤਾਂ ਗਰੀਬੀ ਹੈਗੀ ਹੈ। ਗਰੀਬੀ ਕਾਹਤੇ ਹੈਗੀ ਹੈ ਕਿਉਂਕਿ ਲੋਕ ਸਾਡੇ ਕੁਛ ਅੱਜ ਕੱਲ੍ਹ ਸ਼ੋਸ਼ੇਬਾਜ਼ੀ ਜ਼ਿਆਦਾ ਆ ਗਏ ਨੇ। ਲੋਕ ਸਾਡੇ ਜਿਹੜੇ ਆਪਣਾ ਯੂਥ ਹੈਗਾ, ਪੜ੍ਹਾਈ ਨੂੰ ਛੱਡ ਕੇ ਜੀ ਹੋਰ ਕੰਮਾਂ ਵੱਲ ਜ਼ਿਆਦਾ ਧਿਆਨ ਦੇ ਰਿਹਾ, ਨਸ਼ਿਆਂ ਵੱਲ ਜ਼ਿਆਦਾ ਜਾ ਰਿਹਾ। ਜਾਣਗੇ ਜੀ, ਕਿਉਂਕਿ ਜਦੋਂ ਸਟਰਗਲ ਕਰਦੇ ਹੈਗੇ ਆ ਅਤੇ ਰਿਜ਼ਲਟਸ ਦਿਖਦੇ ਨਹੀਂ ਹੈਗੇ, ਇਸ ਕਰਕੇ ਉਹ ਮਾੜੇ ਕੰਮਾਂ ਵੱਲ ਜਾ ਰਹੇ ਨੇ, ਉਹ ਗਰੀਬੀ ਨੂੰ ਲੀਡ ਕਰਦਾ। ਤੁਹਾਨੂੰ ਲੱਗਦਾ ਕਿ ਗਵਰਨਮੈਂਟ 'ਤੇ ਕੋਈ ਭਰੋਸਾ ਰੱਖਿਆ ਜਾ ਸਕਦਾ, ਸਰਕਾਰਾਂ ਤੋਂ ਕੋਈ ਉਮੀਦ ਰੱਖਣੀ ਚਾਹੀਦੀ ਹੈ ਕਿ ਇਸ ਪਾਸੇ ਕਦਮ ਚੁੱਕਣਗੀਆਂ, ਜਾਂ ਤੁਹਾਨੂੰ ਲੱਗਦਾ ਕਿ ਖੁਦ ਨੌਜਵਾਨਾਂ ਨੂੰ ਅੱਗੇ ਆਉਣਾ ਪਏਗਾ? ਸਰਕਾਰਾਂ ਤੋਂ ਤਾਂ ਜੀ ਮੈਨੂੰ ਨਹੀਂ ਲੱਗਦਾ ਕੋਈ ਉਮੀਦ ਰੱਖਣੀ ਚਾਹੀਦੀ, ਪਤਾ ਹੀ ਆ ਪਿਛਲੇ 70 ਸਾਲ 'ਚ ਕੀ ਹਾਲਾਤ। ਦਿੱਲੀ ਸੈਂਟਰ ਦੀ ਭਾਵੇਂ ਸੈਂਟਰ ਦੀ ਵੀ ਗੱਲ ਕਰੀਏ, ਸਟੇਟ ਦੀ ਵੀ ਗੱਲ ਕਰੀਏ, ਤਾਂ ਮੇਰੇ ਖਿਆਲ ਨਾਲ ਪਿਛਲੇ 70 ਸਾਲਾਂ 'ਚ ਜਿੰਨਾ ਪੰਜਾਬ ਦਾ ਮਾੜਾ ਹਾਲ ਹੋਇਆ, ਜੋ ਪੰਜਾਬ ਕਿਸੇ ਟਾਈਮ ਸੀਗਾ, ਪਿਛਲੇ 70 ਸਾਲਾਂ 'ਚ ਜਿੰਨਾ ਮਾੜਾ ਹਾਲ ਹੋਇਆ, ਪਿਛਲੇ 500 ਸਾਲ 'ਚ ਨਹੀਂ ਪੰਜਾਬ ਦਾ ਮਾੜਾ ਹਾਲ ਹੋਇਆ ਹੋਣਾ। ਅਤੇ ਇਹ ਤਾਂ ਨੌਜਵਾਨਾਂ ਨੂੰ ਹੀ ਚਾਹੀਦਾ ਥੋੜ੍ਹਾ ਵੀ ਆਪਣੇ ਥੋੜ੍ਹਾ ਮਤਲਬ ਸਮਝਣ ਕਿ ਪੰਜਾਬੀਅਤ ਕੀ ਹੈ, ਪੰਜਾਬ ਕੀ ਹੈ, ਵੀ ਮਿੱਟੀ ਦੇ ਪ੍ਰਤੀ ਸਾਡਾ ਫਰਜ਼ ਕੀ ਹੈ, ਉਹਨੂੰ ਸਮਝਣ ਅਤੇ ਨਸ਼ਿਆਂ ਵੱਲ ਘੱਟ ਜਾਣ, ਪੜ੍ਹਨ ਲਿਖਣ ਆ ਫੋਕੀ ਸ਼ੋਸ਼ੇਬਾਜ਼ੀ ਨਾ ਪੈਣ। ਅਤੇ ਉੱਚੇ ਅਹੁਦਿਆਂ 'ਤੇ ਹੁਣ ਦਿਨੋਂ ਦਿਨ ਆਪਾਂ ਦੇਖਦੇ ਹਾਂ ਵੀ ਬਾਹਰੋਂ ਸਟੇਟਾਂ ਤੋਂ ਆ ਕੇ ਆਪਣੇ ਉੱਚੇ ਅਹੁਦਿਆਂ ਦੇ ਬਾਹਰਲੇ ਸਟੇਟ ਦੇ ਨੌਕਰੀਆਂ 'ਤੇ ਲੱਗੇ ਹੁੰਦੇ ਆ। ਅਤੇ ਨੌਜਵਾਨਾਂ ਨੂੰ ਚਾਹੀਦਾ ਵੀ ਉਹ ਇਹ ਮਤਲਬ ਮੁੱਦਾ ਹੁੰਦਾ ਨਾ ਜੱਟਾਂ ਨੂੰ ਪੜ੍ਹਾਈ ਹੁੰਦੀ ਜ਼ਹਿਰ ਵਰਗੀ, ਉਹ ਛੱਡ ਕੇ ਵੀ ਆਪਣਾ ਕਰਨ ਇਸ ਪਾਸੇ ਵੀ ਲੱਗਣ, ਪੜ੍ਹਾਈ ਵਾਲੇ ਪਾਸੇ, ਅਤੇ ਉੱਚੀਆਂ ਪੋਸਟਾਂ 'ਤੇ ਜਾ ਕੇ ਆਪਣੇ ਲੋਕਾਂ ਦੀ ਹੋਰ ਸੇਵਾ ਕਰਨ, ਪੰਜਾਬ ਦਾ ਹੋਰ ਨਾਂ ਰੋਸ਼ਨ ਕਰਨ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇਹ ਸਨ ਨੌਜਵਾਨ ਜਿਨ੍ਹਾਂ ਦਾ ਇਹ ਮੰਨਣਾ ਹੈ ਕਿ ਸਮਾਜਿਕ ਪੱਧਰ ਦੇ ਉੱਤੇ ਜੇ ਅਸੀਂ ਗੱਲ ਕਰਦੇ ਹਾਂ ਤਾਂ ਸਮਾਜ ਦੇ ਵਿੱਚ ਅਤੇ ਆਰਥਿਕ ਪੱਧਰ 'ਤੇ ਪੰਜਾਬ 'ਚ ਗਿਰਾਵਟ ਜ਼ਰੂਰ ਆਈ ਹੈ, ਬਹੁਤ ਸਾਰੇ ਕਰਜ਼ੇ ਲੋਕਾਂ ਦੇ ਸਿਰ 'ਤੇ ਚੜ੍ਹ ਚੁੱਕੇ ਨੇ, ਨੌਜਵਾਨਾਂ ਦੇ ਕੋਲ ਰੁਜ਼ਗਾਰ ਨਹੀਂ ਹੈ, ਅਤੇ ਜਦੋਂ ਆਰਥਿਕ ਤੌਰ ਦੇ ਉੱਤੇ ਤੁਸੀਂ ਪ੍ਰਫੁੱਲਿਤ ਨਹੀਂ ਹੁੰਦੇ, ਨਹੀਂ ਵੱਧਦੇ, ਪਿੱਛੇ ਜਾਂਦੇ ਹੋ, ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਗਰੀਬੀ ਆਉਣਾ ਸੁਭਾਵਿਕ ਹੈ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਾਂਗੇ, ਪੰਜਾਬ ਬੋਲਦਾ ਲਗਾਤਾਰ ਜਾਰੀ ਰਹੇਗਾ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਗੱਲ ਅਸੀਂ ਕਰ ਰਹੇ ਹਾਂ ਕਿ ਨੀਤੀ ਆਯੋਗ ਦੀ ਜਿਹੜੀ ਰਿਪੋਰਟ ਆਈ ਹੋਈ ਹੈ ਜੋ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ ਭੁੱਖਮਰੀ ਅਤੇ ਗਰੀਬੀ ਜਿਹੜੀ ਆ ਉਹ ਪਿਛਲੇ ਸਾਲ ਦੇ ਮੁਕਾਬਲੇ ਵਧੀ ਹੈ, ਉਸੇ ਨੂੰ ਲੈ ਕੇ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਉਹਨਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਰਿਪੋਰਟ ਬਾਰੇ ਉਹ ਕੀ ਸੋਚਦੇ ਨੇ। ਸਰ, ਕੀ ਨਾਮ ਹੈ ਤੁਹਾਡਾ? ਹਰਜੀਤ ਸਿੰਘ। ਸਰ, ਇੱਕ ਰਿਪੋਰਟ ਨੀਤੀ ਆਯੋਗ ਦੀ ਆਈ ਹੈ, ਉਹ ਕਹਿ ਰਹੀ ਹੈ ਪੰਜਾਬ ਦੇ ਵਿੱਚ ਗਰੀਬੀ ਹੈ, ਜਿਹੜੀ ਭੁੱਖਮਰੀ ਹੈ ਪਿਛਲੇ ਸਾਲ ਨਾਲੋਂ ਵਧੀ ਹੈ ਜੀ। ਤੁਹਾਡੀ ਕੀ ਰਾਏ, ਤੁਸੀਂ ਮੰਨਦੇ ਹੋ ਕਿ ਪੰਜਾਬ 'ਚ ਕੋਈ ਭੁੱਖਾ ਮਰ ਸਕਦਾ? ਨਹੀਂ, ਇਸ ਤਰ੍ਹਾਂ ਜੀ, ਪੰਜਾਬ ਜਿਹੜੀ ਸਟੇਟ ਹੈਗੀ ਹੈ, ਇਹ ਇੱਕ ਮਤਲਬ ਕਿ ਇੱਕ ਟਾਈਮ ਇਹੋ ਜਿਹਾ ਸੀਗਾ ਵੀ ਨੰਬਰ 1 ਸਟੇਟ ਮੰਨੀ ਜਾਂਦੀ ਸੀਗੀ। ਅਤੇ ਜੇ ਆਪਾਂ ਕਹੀਏ ਨੀਤੀ ਆਯੋਗ ਦੀ ਰਿਪੋਰਟ, ਇਹ ਰਿਪੋਰਟ ਉਹਨਾਂ ਨੇ ਉੱਥੇ ਬੈਠ ਕੇ ਕੁਛ ਸਰਵੇ ਕਰਕੇ ਕੱਢੀ ਹੈ, ਅਤੇ ਉਹਦਾ ਇਹ ਨਾਲ ਆਪਾਂ ਟੋਟਲ 'ਤੇ ਨਹੀਂ ਜਾ ਸਕਦੇ ਵੀ ਟੋਟਲ 'ਤੇ ਭੁੱਖਮਰੀ ਹੋ ਰਹੀ ਹੈ। ਇਹ ਤਾਂ ਗੁਰੂ ਨਾਨਕ ਸਾਹਿਬ ਨੇ 20 ਰੁਪਏ ਲੰਗਰੇ ਹੋਏ ਚਲਾਇਆ ਹੋਇਆ, ਤੁਸੀਂ ਦਰਬਾਰ ਸਾਹਿਬ ਚਲੇ ਜਾਓ, ਉੱਥੇ ਮੈਂ ਕਿਹਾ ਉੱਥੇ ਬੰਦਾ ਭੁੱਖਾ ਮਰਦਾ ਹੀ ਕੋਈ ਨਹੀਂ, ਉੱਥੇ ਰੋਟੀ ਸਾਰਿਆ ਪੂਰੀ ਰੋਟੀ ਚਾਹ ਲੰਗਰ ਸਭ ਛਕ। ਈਵਨ ਕਿ ਇੱਥੇ ਮੈਂ ਹੁਣ ਪਿੱਛੇ ਪਟਨਾ ਸਾਹਿਬ ਗਿਆ, ਪਟਨਾ ਸਾਹਿਬ ਵੀ ਇੱਥੇ ਵੀ ਸਾਡੇ ਜਿਹੜੇ ਸਟੇਟ ਦੇ ਲੋਕ ਹੈਗੇ ਆ ਸਿੱਖ ਕਮਿਊਨਿਟੀ, ਉਹਨਾਂ ਜਾ ਕੇ ਇੰਨਾ ਵਧੀਆ ਪ੍ਰੋਗਰਾਮ ਕੀਤਾ ਹੋਇਆ ਇੱਥੇ, ਮੈਂ ਪਾਸੇ 6-6 ਦਿਨ ਲੈ ਕੇ ਆਇਆ, 7-8 ਦਿਨ, ਵੀ ਉਹਨਾਂ ਨੇ ਇੰਨਾ ਅੱਛਾ ਪ੍ਰੋਗਰਾਮ ਕੀਤਾ ਵੀ ਉਹ ਲੋਕ ਵੀ ਕਹਿੰਦੇ ਵੀ ਤੁਸੀਂ ਲੋਕ ਆਉਂਦੇ ਹੋ ਤਾਂ ਸਾਨੂੰ ਖਾਣਾ ਮਿਲਦਾ। ਮਤਲਬ ਅਸੀਂ ਇਸ ਚੀਜ਼ ਦਾ ਮੰਨ ਨਹੀਂ ਸਕਦੇ ਵੀ ਰਿਪੋਰਟ ਜਾਂ ਤਾਂ ਕੁਛ ਮਤਲਬ ਕਿ ਸਟੇਟ ਨੂੰ ਡਾਊਨ ਕਰਨ ਦੇ ਵਿੱਚ ਉਹਦੇ ਫੇਵਰ ਦੇ ਵਿੱਚ, ਅਤੇ ਇੱਦਾਂ ਕੁਛ ਨਹੀਂ ਆ। ਮਹਾਂ ਇਹ ਜ਼ਰੂਰ ਹੈਗਾ ਵੀ ਸਾਡੇ ਬੱਚੇ ਜਿਵੇਂ ਨੌਕਰੀਆਂ ਨਹੀਂ ਮਿਲਦੀਆਂ ਬਾਹਰ ਜਾਂਦੇ ਆ ਵੀ ਬਾਹਰ ਜਾ ਕੇ ਉੱਥੇ, ਪਰ ਉਹ ਵੀ ਚਲੋ ਜੇ ਸੋਰਸ ਹੈ ਤਾਂ ਹੀ ਜਾਂਦਾ, ਨਹੀਂ ਤੁਹਾਨੂੰ ਪਤਾ ਇੱਕ ਬੱਚਾ ਜਾਂਦਾ ਘੱਟ ਤੋਂ 15-20 ਲੱਖ ਦਾ ਖਰਚਾ ਹੈਗਾ, 20 ਲੱਖ ਅਫੋਰਡ ਕਰਨਾ ਵੀ ਬੜੀ ਵੱਡੀ ਗੱਲ ਹੈਗੀ ਆ। ਇਹ ਹੋਰ ਸਟੇਟਾਂ 'ਚ ਬੱਚੇ ਇੰਨੇ ਜਾਂਦੇ ਨਹੀਂ, ਤੁਸੀਂ ਖੁਦ ਵੀ ਜਾ ਕੇ ਦੇਖ ਸਕਦੇ ਹੋ ਵੀ ਉੱਥੇ ਕਿੰਨਾ, ਜੇ ਤੁਹਾਨੂੰ 50 ਦੇ ਬੰਦੇ ਨਜ਼ਰ ਆਉਣਗੇ, ਹੋਰ ਜਿਹੜਾ ਕੋਈ ਬੰਦਾ ਇਹ 1%-2% ਹੀ ਹੋਣਗੇ ਇਸ ਤਰ੍ਹਾਂ ਕੁਛ ਨਾ। ਨਹੀਂ, ਗਰੀਬੀ ਕੋਈ ਨਹੀਂ, ਗਰੀਬੀ ਤਾਂ ਜਰਨਲੀ ਤੌਰ 'ਤੇ ਨਾ ਜੀ, ਇਸ ਤਰ੍ਹਾਂ ਉਹੀ ਗੱਲ ਤੁਹਾਨੂੰ ਜਿਵੇਂ ਦੱਸਣ ਲੱਗਿਆ ਵੀ ਹੁਣ ਦੇਖੋ ਦੇਖੀ ਵਾਲਾ ਕੰਮ ਹੈ ਵੀ ਮੈਂ ਵੀ ਆਪਣਾ ਬੱਚਾ ਬਾਹਰ ਭੇਜਦਾ, ਅਸੀਂ ਲੋਨ ਕਰਜ਼ਾ ਚੱਕ ਲਿਆ, ਕਰਜ਼ਾ ਲਿਆ ਕੇ ਅਸੀਂ ਬੱਚਾ ਭੇਜਣ ਲੱਗਿਆ, ਉਹ ਅਸੀਂ ਉਸ ਟਾਈਮ ਦੇਖਿਆ ਨਹੀਂ ਵੀ ਕੁਛ, ਚਲੋ ਅਨਪੜ੍ਹਤਾ ਵੀ ਹੈਗੀ ਆ ਕੋਈ, ਉਹ ਬੰਦੇ ਮਤਲਬ ਕਿ ਆਪਾਂ ਦੇਖੋ ਦੇਖੀ ਵੀ ਚੱਲਦਾ ਕੰਮ ਵੀ ਅਸੀਂ ਆਪਣਾ ਬੱਚਾ ਭੇਜ ਦਈਏ, ਪਰ ਇਹ ਨਹੀਂ ਦੇਖਿਆ ਵੀ ਜਿਹੜਾ ਅਸੀਂ ਕਰਜ਼ਾ ਲਿਆ ਹੁਣ ਬੱਚਾ ਉੱਥੇ ਜਾ ਕੇ ਸੈੱਟ ਨਹੀਂ ਹੋਇਆ, ਸਪੋਜ਼ ਕੰਮ ਨਹੀਂ ਮਿਲਿਆ, ਉਹ ਆਪਾਂ ਕਰਜ਼ਾ ਵਾਪਸ ਕਰਨ ਦੇ 'ਚ ਸਮਰਥ ਰਹਿ ਗਏ, ਉਹਦੇ ਚੱਕਰ ਸਾਡੇ ਕਿਸਾਨ ਲੋਕ ਵੀ ਜੋ ਖੁਦਕੁਸ਼ੀ ਕਰ ਰਹੇ ਆ, ਪਰ ਉਹ ਵੀ ਇੱਕ ਬੁਝਦਲੀ ਵਾਲਾ ਕੰਮ ਹੈਗਾ। ਇਹ ਤਾਂ ਗੁਰੂ ਨਾਨਕ ਮਤਲਬ ਕਿ ਸੀ, ਜੇ ਆਪਾਂ ਇਹਨਾਂ 'ਤੇ ਵਿਸ਼ਵਾਸ ਰੱਖੀਏ ਤਾਂ ਇਹ ਚੀਜ਼ਾਂ ਵੀ ਕੋਈ ਕਾਊਂਟ ਨਹੀਂ ਕਰਦੀਆਂ ਵੀ ਬੜੀ ਮਤਲਬ ਜੇ ਬੰਦਾ ਇਨਸਾਨ ਨੂੰ ਦਿਮਾਗ ਦਿੱਤਾ ਕੰਟਰੋਲ ਕਰਦਾ ਕਿੰਨੇ ਵੱਡੇ ਵੱਡੇ ਜਾਨਵਰਾਂ ਦੇ ਉੱਤੇ ਪਸ਼ੂਆਂ ਦੇ ਸਾਧ ਕਰਦਾ, ਅਤੇ ਉਹ ਤਾਂ ਹੀ ਕਰ ਸਕਦਾ ਵੀ ਜੇ ਬੰਦਾ ਦਿਮਾਗ ਅਪਲਾਈ ਕਰ, ਜੇ ਮਾਇੰਡ ਅਪਲਾਈ ਕਰਨ ਚੱਲਣ ਤਾਂ ਇਹ ਵੀ ਕੁਛ ਹੈ ਨਹੀਂ, ਮਤਲਬ ਤਾਂ ਗਰੀਬੀ ਵਾਲਾ ਕੋਈ ਆਪਣੇ ਹੈ ਨਹੀਂ, ਕਿਉਂਕਿ ਆਪਾਂ ਦੂਜੀ ਸਟੇਟਾਂ ਨੂੰ ਵੀ ਕੰਪੇਅਰ ਕਰ ਲਈਏ ਅਤੇ ਉੱਥੇ ਤਾਂ ਤੁਸੀਂ ਦੇਖੋ ਜੀ
ਸਭ ਤੋਂ ਵੱਧ ਕੱਪੜਿਆਂ ਦਾ ਚਾਲ ਚੱਲਣ ਜੋ ਵੀ ਹੈ ਸਾਰਾ ਕੁਛ ਪੰਜਾਬ ਸਰ ਹਰ ਕੰਮ ਵਿੱਚ ਅੱਗੇ ਹੈਗਾ ਅਤੇ ਗਰੀਬੀ ਤਾਂ ਨਹੀਂ ਨਜ਼ਰ ਆਉਂਦੀ। ਹਾਂ ਇਹ ਚੀਜ਼ ਹੈ ਜੋ ਮੇਰੇ ਸਾਥੀ ਨੇ ਕਿਹਾ ਹੈਗਾ ਕਿ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਬੱਚਿਆਂ ਨੂੰ ਬਾਹਰ ਜਾਣਾ ਪੈ ਰਿਹਾ, ਇਹ ਗੱਲ ਹੈ ਸਪੱਸ਼ਟ ਹੈਗੀ ਹੈ, ਸਹੀ ਹੈ, ਸਹੀ ਗੱਲ ਹੈ ਇਹ ਕਿ ਜੇ ਇੱਥੇ ਰੁਜ਼ਗਾਰ ਚੰਗੇ ਹੋਣ, ਚੰਗਾ ਕੰਮ ਕਾਰ ਹੋਵੇ ਤਾਂ ਬੱਚਿਆਂ ਨੂੰ ਜਾਣ ਦੀ ਲੋੜ ਨਾ ਪਵੇ। ਤੁਸੀਂ ਕੀ ਕਹੋਗੇ, ਤੁਹਾਡੀ ਕਿਰਾਏ ਹੈ ਜੀ ਪੰਜਾਬ 'ਚ ਗਰੀਬੀ ਅਤੇ ਭੁੱਖਮਰੀ? ਬਸ ਇਹੀ ਚੀਜ਼ਾਂ ਕਹਿਣੀਆਂ ਯਾਰ, ਉਹੀ ਫਿਰ ਕਹੋਗੇ ਦੁਬਾਰਾ ਰਿਪੀਟ ਕਰਾਂਗੇ। ਤੁਹਾਡੀ ਕਿਰਾਏ ਕਿਵੇਂ ਹੋ ਸਕਦੀ ਹੈ? ਪੰਜਾਬ ਦੇ ਵਿੱਚ ਜੀਵਨ ਪੱਧਰ ਲੋਕਾਂ ਦਾ ਥੱਲੇ ਆਇਆ, ਅਤੇ ਤੁਹਾਨੂੰ ਲੱਗਦਾ ਕਿ ਪੰਜਾਬ ਤਰੱਕੀ ਕਰ ਰਿਹਾ? ਨਹੀਂ, ਤਰੱਕੀ ਨਾਲੋਂ ਤਾਂ ਥੋੜ੍ਹਾ ਆਇਆ ਨੀਚੇ ਖੈਰ, ਪਰ ਹੁਣ ਬੱਚੇ ਵੀ ਕੀ ਕਰਨਾ, ਇੱਥੇ ਰੁਜ਼ਗਾਰ ਹੈ ਨਹੀਂ, ਇਸ ਲਈ ਬਾਹਰ ਚਲੇ ਜਾਂਦੇ ਆ, ਉਹਨਾਂ ਦੀ ਮਜਬੂਰੀ ਆ ਬੱਚਿਆਂ ਨੂੰ ਬਾਹਰ ਭੇਜਣਾ ਲੋਕਾਂ ਦੀ। ਨਹੀਂ, ਕਰਜ਼ਾ ਤਾਂ ਹੈਗਾ ਹੀ ਹੈ ਪਹਿਲਾਂ ਤੋਂ ਕਿਸਾਨਾਂ ਸਿਰ, ਖੁਦਕੁਸ਼ੀਆਂ ਵੀ ਪਹਿਲਾਂ ਵੀ ਕਰ ਰਹੇ ਸੀ, ਹੁਣ ਵੀ ਕਰ ਰਹੇ ਹਾਂ, ਇਹ ਤਾਂ ਨਹੀਂ ਭੁੱਖਾ ਨਹੀਂ ਮਰ ਸਕਦਾ ਹੈ, ਇਹ ਤਾਂ ਨਹੀਂ ਭੁੱਖਾ ਨਹੀਂ ਮਰ ਸਕਦਾ ਪੰਜਾਬ 'ਚ ਕੋਈ। ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਲੋਕਾਂ ਦਾ ਇਹ ਕਹਿਣਾ ਹੈ ਜੀ ਕਿ ਜਿੱਥੋਂ ਤੱਕ ਭੁੱਖਮਰੀ ਦੀ ਗੱਲ ਹੈ ਤਾਂ ਪੰਜਾਬ ਦੇ ਵਿੱਚ ਗੁਰੂਆਂ ਦਾ ਚਲਾਇਆ ਹੋਇਆ ਲੰਗਰ ਹੈ, ਹਰ ਕੋਈ ਬਿਨਾਂ ਕਿਸੇ ਭੇਦਭਾਵ ਦੇ ਜਾ ਕੇ ਗੁਰੂ ਘਰਾਂ ਦੇ ਵਿੱਚ ਜਾ ਕੇ ਲੰਗਰ ਛਕ ਸਕਦਾ ਹੈ। ਜਿੱਥੋਂ ਤੱਕ ਗਰੀਬੀ ਦੀ ਗੱਲ ਹੈ ਤਾਂ ਲੋਕਾਂ ਦੇ ਜੀਵਨ ਪੱਧਰ ਦੇ ਵਿੱਚ ਤਬਦੀਲੀ ਜ਼ਰੂਰ ਆਈ ਹੈ, ਉਸ ਨੂੰ ਸੁਧਾਰਨ ਦੀ ਲੋੜ ਹੈ, ਅਤੇ ਉਸ ਪਿੱਛੇ ਜਿਹੜਾ ਹੈ ਸਰਕਾਰਾਂ ਨੂੰ ਵੀ ਕਈ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਜ਼ਰੂਰ ਕਰਨੀਆਂ ਚਾਹੀਦੀਆਂ ਤਾਂ ਤੱਕ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਜਿਹੜਾ ਹੈ ਉਹ ਆ ਸਕੇ। ਅਤੇ ਫਿਲਹਾਲ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ, ਧੰਨਵਾਦ।